ਪੰਜਾਬ ਏਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵੱਲੋਂ ਵਾਰਡ ਨੰਬਰ 85 ਦੇ ਅਧੀਨ ਆਉਂਦੇ ਇਲਾਕੇ ਪਰਸ਼ੋਤਮ ਸਿੰਘ ਕਲੋਨੀ ਅਤੇ ਬਾਬਾ ਜੀਵਨ ਸਿੰਘ ਕਲੋਨੀ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਇਲਾਕੇ ਵਿੱਚ ਸੀਵਰੇਜ ਪ੍ਰਣਾਲੀ, ਵਾਟਰ ਸਪਲਾਈ ਅਤੇ ਟੁੱਟੀਆਂ ਗਲੀਆਂ ਨਾਲੀਆਂ ਨੂੰ ਬਣਾਉਣ ਦੇ ਕੰਮਾਂ ਦਾ ਸ਼ੁਭਾਰੰਭ ਕੀਤਾ ਗਿਆ। ਇਸ ਮੌਕੇ ਉਹਨਾਂ ਆਖਿਆ ਕਿ ਹਲਕਾ ਪੱਛਮੀ ਦਾ ਵਿਕਾਸ ਉਹਨਾਂ ਲਈ ਪਹਿਲੀ ਪ੍ਰਾਥਮਿਕਤਾ ਹੈ, ਜਿਸ ਲਈ ਵਚਨਬੱਧ ਹਨ। ਇਸ ਮੌਕੇ ਵਾਰਡ ਇੰਚਾਰਜ ਅਜੇ ਕੁਮਾਰ ਪੱਪੂ ਵੱਲੋਂ ਸ੍ਰੀ ਵੇਰਕਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਮੀਤ ਕੌਰ, ਤਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਇਹ ਬਾਬਾ ਜੀਵਨ ਸਿੰਘ ਕਲੋਨੀ, ਪੁਰਸ਼ੋਤਮ ਕਲੋਨੀ ਔਰ ਸਾਡੇ ਅਜੇ ਕੁਮਾਰ ਪੱਪੂ ਜੀ ਔਰ ਸਾਰੇ ਜਿੰਨੇ ਸਾਥੀ ਹੈ, ਬਈ ਇਹਨਾਂ ਸਾਰਿਆਂ ਦਾ ਹੁਕਮ ਸੀ ਕਿ ਇਹ ਇਲਾਕੇ ਪਿਛਲੇ 40-40 ਸਾਲ ਤੋਂ ਤੁਸੀਂ ਦੇਖੋ ਨਰਕ ਦੀ ਜ਼ਿੰਦਗੀ ਜੀ ਰਹੇ ਸੀ। ਇਹ ਤਮਾਮ ਇਲਾਕਿਆਂ ਦੇ ਵਿੱਚ ਸੀਵਰੇਜ ਕੰਪਲੀਟ ਕਰਨ ਜਾ ਰਹੇ ਹੈ, ਵਾਟਰ ਸਪਲਾਈ ਕੰਪਲੀਟ ਕਰਨ ਜਾ ਰਹੇ ਹੈ ਔਰ ਇਹ ਗਲੀਆਂ ਸੜਕਾਂ ਦਾ ਕੰਮ ਇਹ ਸ਼ੁਰੂਆਤ ਕੀਤੀ ਹੈ। ਇਹ ਜਿਹੜੀ 85 ਨੰਬਰ ਵਾਰਡ ਹੈ, ਜਿਹਦੇ ਇੰਚਾਰਜ ਅਜੇ ਕੁਮਾਰ ਪੱਪੂ ਹੈ, ਬਈ ਇਸ ਵਾਰਡ ਵਾਸਤੇ ਖਾਸ ਤੌਰ 'ਤੇ 5 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਜਾਰੀ ਕੀਤੀ ਹੈ। ਬਈ ਕੋਈ ਅਜਿਹੀ ਗਲੀ, ਕੋਈ ਅਜਿਹਾ ਬਾਜ਼ਾਰ ਉਹ ਖਾਲੀ ਨਹੀਂ ਛੱਡਣਾ ਔਰ ਇਹਨਾਂ ਨੂੰ ਕਹਿਤਾ ਬਈ ਆਹ 5 ਕਰੋੜ ਜਦੋਂ ਤੁਹਾਡਾ ਕੰਪਲੀਟ ਹੋ ਜਾਏਗਾ 5 ਕਰੋੜ ਹੋਰ ਦੇ ਦਿਆਂਗੇ। ਸਾਡੇ ਇਲਾਕੇ ਦੀ ਵਾਰਡ ਨੰਬਰ 85 ਦਾ ਹੀ ਕਈ ਇਹੋ ਜਿਹੇ ਕੰਮ ਸੀ ਜਿਹੜਾ 30-30 ਸਾਲ ਕਿਸੇ ਨੇ ਹੱਥ ਨਹੀਂ ਲਾਇਆ ਸੀ। ਅੱਜ ਡਾਕਟਰ ਸਾਹਿਬ ਦੀ ਬਦੌਲਤ, ਮੈਂ ਧੰਨਵਾਦ ਵਾ ਡਾਕਟਰ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਇਹ ਇਲਾਕੇ ਦਾ ਸੁਧਾਰ ਹੋਇਆ ਵਾ।